ਬੀਤੀ 6/8/21 ਨੂੰ ਐਸਆਈ ਮੱਘਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਮਧੇ ਚੌਂਕ ਨਿਹਾਲ ਸਿੰਘ ਵਾਲਾ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਲਵਿੰਦਰ ਸਿੰਘ, ਲਵਪ੍ਰੀਤ ਸਿੰਘ ਜੋ ਕਿ ਦੋਨੋਂ ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਹਨ, ਅਤੇ ਸੁਨੀਲ ਕੁਮਾਰ ਵਾਸੀ ਕੋਟਪੂਰਾ, ਗੁਰਪ੍ਰੀਤ ਸਿੰਘ ਵਾਸੀ ਸਲਾਬਤਪੁਰਾ, ਕਰਨਪ੍ਰੀਤ ਸਿੰਘ ਉਰਫ ਕਰਨ ਵਾਸੀ ਆਦਮਪੁਰਾ ਜੋ ਕਿ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ, ਅਤੇ ਇਸ ਵਕਤ ਵੀ ਉਹ ਸੈਦੋਕੇ ਪਿੰਡਾਂ ਦੇ ਏਰੀਏ ਵਿੱਚ ਖੋਏ ਹੋਏ ਮੋਟਰਸਾਈਕਲਾਂ ਅਤੇ ਮੋਬਾਈਲਾਂ ਸਮੇਤ ਘੁੰਮ ਰਹੇ ਹਨ, ਅਤੇ ਉਹ ਤਖਤੂਪੁਰੇ ਨੂੰ ਜਾ ਰਹੇ ਹਨ, ਜਿਸ 'ਤੇ ਐਸਆਈ ਮੱਘਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਤਖਤੂਪੁਰਾ ਕੀ ਪੁਆਇੰਟ 'ਤੇ ਨਾਕਾਬੰਦੀ ਕੀਤੀ ਅਤੇ ਮੌਕੇ 'ਤੇ ਪੰਜਾਂ ਦੋਸ਼ੀਆਂ ਨੂੰ ਸਮੇਤ ਖੋਏ ਹੋਏ ਦੋ ਮੋਟਰਸਾਈਕਲ ਅਤੇ ਦੋ ਮੋਬਾਈਲ ਬਰਾਮਦ ਕੀਤੇ, ਅਤੇ ਮੁਕੱਦਮਾ ਨੰਬਰ 139 ਮਿਤੀ 6/8/21 ਅੰਡਰ ਸੈਕਸ਼ਨ 379B IPC ਦਰਜ ਰਜਿਸਟਰ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਕੀਤਾ ਗਿਆ। ਉਸ ਤੋਂ ਬਾਅਦ ਮੁਕੱਦਮਾ ਵਿੱਚ ਇਹਨਾਂ ਦੋਸ਼ੀਆਂ ਦੀ ਪੁੱਛਗਿੱਛ 'ਤੇ ਪੰਜ ਦੋਸ਼ੀ ਹੋਰ ਨਾਮਜ਼ਦ ਕੀਤੇ ਗਏ, ਜਿਹੜੇ ਕਿ ਮੇਜਰ ਸਿੰਘ ਵਾਸੀ ਸੈਦੋਕੇ, ਜਗਜੀਤ ਸਿੰਘ ਵਾਸੀ ਸੈਦੋਕੇ, ਸਿਮਨਜੀਤ ਸਿੰਘ ਉਰਫ ਬਿੱਟੂ ਵਾਸੀ ਤਖਤੂਪੁਰਾ, ਨਵਨੀਤ ਸਿੰਘ ਵਾਸੀ ਤਖਤੂਪੁਰਾ, ਅਤੇ ਗੁਰਭੇਜ ਸਿੰਘ ਉਰਫ ਭੇਜਾ ਵਾਸੀ ਕਾਂਗੜ ਨਾਮਜ਼ਦ ਕੀਤੇ ਗਏ, ਜੋ ਅਸੀਂ ਇਹਨਾਂ ਸਾਰੇ 10 ਦੋਸ਼ੀਆਂ ਤੋਂ ਹੁਣ ਤੱਕ 10 ਖੋਏ ਹੋਏ ਮੋਟਰਸਾਈਕਲ ਅਤੇ 7 ਮੋਬਾਈਲ ਬਰਾਮਦ ਕੀਤੇ ਜਾ ਚੁੱਕੇ ਹਨ। ਜੋ ਇਹ ਦੋਸ਼ੀ ਹਨ ਇਹ ਕ੍ਰਾਈਮ ਪੇਸ਼ਾ ਹਨ, ਅਤੇ ਇਹਨਾਂ ਦਾ ਜੋ ਪੁਰਾਣਾ ਰਿਕਾਰਡ ਅਸੀਂ ਇਹਦਾ ਖੰਗਾਲ ਰਹੇ ਹਾਂ, ਜੋ ਇਹਨਾਂ ਸਾਰੇ ਦੋਸ਼ੀਆਂ ਨੇ ਦਿਆਲਪੁਰਾ, ਭਦੌੜ, ਜੈਤੋ, ਸੈਦੋਕੇ, ਬੁਰਜ, ਰਾਜਗੜ੍ਹ ਅਤੇ ਸਹਿਣਾ ਤੋਂ ਜਿਹੜੀਆਂ ਇਹ ਖੋਹਾਂ ਕੀਤੀਆਂ ਗਈਆਂ। ਇਹ ਸੰਬੰਧੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਹ ਸਾਰੇ ਮੁਲਜ਼ਮ ਸਾਡੇ ਕੋਲ ਇਸ ਵੇਲੇ ਪੁਲਿਸ ਰਿਮਾਂਡ 'ਤੇ ਹਨ। ਲੋਕਾਂ ਦਾ ਜਿਹੜੇ ਆਮ ਪਬਲਿਕ ਆ ਉਹਦਾ ਕਹਿਣਾ ਕਿ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਹੀ ਸਾਰਾ ਕੁਛ ਹੁੰਦਾ, ਜਦੋਂ ਜਿਹੜੇ ਹੈਗੇ ਆ ਦੋਸ਼ੀ ਫੜੇ ਜਾਂਦੇ ਅਤੇ ਨਾਲ ਹੀ ਪੁਲਿਸ ਨੂੰ ਸਾਰੀ ਜਿਹੜੀ ਦੇਖ ਰੇਖ ਦੇ ਵਿੱਚ ਹੀ ਸਾਰਾ ਕੁਛ ਹੁੰਦਾ। ਅਜਿਹੀ ਕੋਈ ਗੱਲ ਨਹੀਂ ਹੈਗਾ, ਨਿਹਾਲ ਸਿੰਘ ਵਾਲਾ ਪੁਲਿਸ ਜਿਹੜਾ ਬੜੀ ਮੁਸਤੈਦੀ ਨਾਲ ਕੰਮ ਕਰਦੀ ਹੈ, ਜੇ ਮੁਸਤੈਦੀ ਨਾ ਦਿਖਾਉਂਦੀ ਤਾਂ ਇੰਨੇ ਮੋਟਰਸਾਈਕਲ ਅਤੇ ਮੋਬਾਈਲ ਖੋਹ ਬਰਾਮਦ ਕਰਨੇ ਬੜਾ ਔਖਾ ਸੀ, ਇਹ ਸਿਰਫ ਜੋ ਹੈਗਾ ਮੁਸਤੈਦੀ ਕਰਕੇ ਪਾਇਆ ਗਿਆ। ਇਹਨਾਂ ਤੋਂ ਅਸੀਂ ਸਾਡੀ ਜਿਹੜੀ ਹੈ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ਼ ਸਾਡੀ ਮੁਹਿੰਮ ਜਿਹੜੀ ਹੈ ਇਸ ਤਰ੍ਹਾਂ ਹੀ ਜਾਰੀ ਰਹੇਗੀ। ਅਜੇ ਤੱਕ ਸਾਡਾ ਜਿਹੜਾ ਹੈਗਾ ਸਾਰੇ ਦੋਸ਼ੀ ਜਿਹੜੇ ਹੈ 10 ਹੈ ਸਾਡੇ ਕੋਲ ਪੁਲਿਸ ਰਿਮਾਂਡ 'ਤੇ ਚੱਲ ਰਹੇ ਹਨ, ਅਤੇ ਹੋ ਸਕਦਾ ਇਹਨਾਂ ਵਿੱਚ ਕੋਈ ਹੋਰ ਚੀਜ਼ ਵੀ ਬਰਾਮਦ ਹੋਵੇ। ਨਹੀਂ, ਇਹਨਾਂ ਕੋਲ ਅਜੇ ਤੱਕ ਕੋਈ ਵੈਪਨ ਬਰਾਮਦ ਨਹੀਂ ਹੋਇਆ।